ਕੀ ਕਹਿਣਾ ਚਾਹੁੰਦੇ ਹੋ, ਕੀ ਮਾਮਲਾ ਸਰ, ਮਾਮਲਾ ਕੀ ਹੈ ਜੀ? ਜੀ ਸਾਨੂੰ ਇਹ ਜੋ ਮੈਂ ਹੁਣੇ ਜੁਆਇਨ ਕੀਤਾ ਜੀ ਇੱਥੇ ਤੁਹਾਡੇ ਕੋਲ 7 ਜੁਲਾਈ ਨੂੰ, ਅਤੇ ਮੈਨੂੰ ਇੱਥੇ ਸੀਗਾ ਵੀ ਕਿਸੇ ਤਰ੍ਹਾਂ ਦੇ ਕੋਈ ਮਤਲਬ ਜਿਹੜਾ ਵੀ ਇਹ ਦੇ ਵਪਾਰ ਦਾ ਧੰਦਾ ਹੋ ਗਿਆ, ਕੋਈ ਨਸ਼ਾ ਵੇਚਣ ਵਾਲੇ ਸਾਰੇ ਕਾਰਕੁਨ, ਇਹਨਾਂ 'ਤੇ ਮੈਂ ਕਾਫੀ ਮਜ਼ਬੂਤੀ ਨਾਲ ਅਤੇ ਇਹਦੇ ਪਕੜ ਪਾਉਣਾ ਚਾਹੁੰਦਾ ਸੀ, ਅਤੇ ਇਹਦੇ ਸੰਬੰਧੀ ਮੈਂ ਕਾਫੀ ਮੁਖਬਰ ਵੀ ਲਵਾਏ ਸੀਗੇ, ਅਤੇ ਮੈਨੂੰ ਮੁਖਬਰੀ ਆਈ ਸੀ ਕਿ ਤੁਹਾਡੇ ਏਰੀਏ ਦੇ ਵਿੱਚ ਦੇ ਵਪਾਰ ਦਾ ਧੰਦਾ ਚੱਲ ਰਿਹਾ। ਉਹਦੇ ਬਿਹਾਵ 'ਤੇ ਅਸੀਂ ਆਪਣਾ ਇੱਕ ਡੰਮੀ ਗ੍ਰਾਹਕ ਤਿਆਰ ਕਰਕੇ ਇਹਨਾਂ ਪਾਸ ਭੇਜਿਆ, ਅਤੇ ਇਹਨਾਂ ਨੇ ਉਹਨੂੰ ਅਸੈਪਟ ਕੀਤਾ, ਅਤੇ ਉਸ ਬਿਹਾਵ 'ਤੇ ਅਸੀਂ ਇਹਨਾਂ ਨੂੰ ਅਰੈਸਟ ਕੀਤਾ, ਅਤੇ ਮੌਕੇ 'ਤੇ 4 ਲੇਡੀ ਸਾਨੂੰ ਬਰਾਮਦ ਹੋਈਆਂ, ਅਤੇ ਵਿਅਕਤੀ ਉਹਨਾਂ ਨੇ ਕਿਹਾ ਵੀ ਉਹ ਰੈਗੂਲਰ ਇੱਥੇ ਇਹ ਧੰਦਾ ਚੱਲਦਾ ਹੈ, ਨੇੜੇ ਤੇੜੇ ਦੇ ਲੋਕ ਵੀ ਪਰੇਸ਼ਾਨ ਸੀਗੇ। ਉਸ ਬਿਹਾਵ 'ਤੇ ਅਸੀਂ ਇਹਨੂੰ ਗ੍ਰਿਫਤਾਰ ਕੀਤਾ ਹੈ। ਸਰ ਕਿਹੜੀ ਜਗ੍ਹਾ ਤੋਂ ਗ੍ਰਿਫਤਾਰ ਕੀਤਾ ਗਿਆ? ਇਹ ਪੰਕੂ ਆਪਣੇ ਪਟਾਕੇ ਵਾਲਿਆਂ ਦੀ ਹੱਟੀ ਦੇ ਬੈਕ 'ਤੇ ਬਡਾਲੀ ਰੋਡ 'ਤੇ ਜੀ। ਹਾਂ ਬਡਾਲੀ, ਸੋਰੀ ਬਡਾਲੀ ਰੋਡ ਹੀ ਪੈਣ ਦਿਓ, ਬਡਾਲੀ ਰੋਡ ਦੇ ਉੱਤੇ ਇਹ ਇੱਕ ਕੁਆਟਰ ਬਣੇ ਹੋਏ ਨੇ ਬਿਲਕੁਲ ਇਕਾਂਤ ਦੇ ਵਿੱਚ, ਉੱਥੇ ਇਹਨਾਂ ਨੇ 3 ਕੁਆਟਰ ਕਿਰਾਏ 'ਤੇ ਲੈ ਕੇ ਉੱਥੇ ਧੰਦਾ ਚਲਾ ਰਹੇ ਸੀ। ਕਿਹੜੀ ਤਰ੍ਹਾਂ ਇਹਨਾਂ ਦੇ ਉੱਤੇ ਹੋਇਆ ਜੀ? 4 ਅਤੇ 5 ਇਮੋਰਲ ਟ੍ਰੈਫਿਕਿੰਗ ਐਂਡ ਪ੍ਰੋਵੀਜ਼ਨ ਐਕਟ 1956 'ਤੇ। ਸਰ ਕਿਹੜੀਆਂ ਲੇਡੀਜ਼ ਫੜੀਆਂ ਹੈ ਜੀ, ਉਹ ਕਿੱਥੇ ਕਿੱਥੇ ਦੀਆਂ ਰਹਿਣ ਵਾਲੀਆਂ, ਕਿਆ ਕੁਰਾਲੀ ਦੀਆਂ ਹੀ ਹੈ ਜੀ? ਉਹ ਇੱਕ ਥਾਣਾ ਮੁੱਲਾਂਪੁਰ ਦੀ ਹੈਗੀ ਹੈ ਜਿਹੜੀ ਮੇਨ, ਇਹਦੇ ਵਿੱਚ ਜਿਹੜੀ ਇਹਨਾਂ ਦੀ ਜਿਹੜੇ ਸਾਰਾ ਇਹ ਧੰਦਾ ਚਲਾ ਰਹੀ ਸੀ ਸੁਪਿੰਦਰ ਕੌਰ ਉਰਫ ਸੁੱਖੀ, ਉਹ ਹੈਗੀ ਮੁੱਲਾਂਪੁਰ ਦੇ ਨਾਲ ਉਹਦਾ ਪਿੰਡ ਪੈਂਦਾ ਹੈਗਾ, ਅਤੇ ਇੱਕ ਲੇਡੀ ਹੈਗੀ ਹੈ ਬਲਾਚੌਰ ਤੋਂ ਪਿੱਛੋਂ, ਅਤੇ 2 ਲੇਡੀ ਮੋਗਾ ਸਾਈਡ ਦੀਆਂ। ਅਤੇ ਸਰ ਜੇ 4 ਫੜੀਆਂ ਹੋਰ ਵੀ ਇਹਨਾਂ ਕੋਲ ਲੇਡੀਜ਼ਾਂ ਜਾਂ ਕੁੜੀਆਂ ਆਉਂਦੀਆਂ ਹੋਣੀਆਂ ਜੀ, ਪਤਾ ਲੱਗਿਆ ਵੀ ਕਿੰਨੀ ਕੁ ਦੇਰ ਤੋਂ ਇਹ ਧੰਦਾ ਚਲਾ ਰਹੇ ਤੇ ਜੀ? ਇਹ ਧੰਦਾ ਇਹਨਾਂ ਦਾ ਐਵੇਂ ਹੈ ਵੀ ਰੈਗੂਲਰ ਪਹਿਲਾਂ ਕਦੇ ਹੋਰ ਵੀ ਚਲਾਉਂਦੀ ਰਹੀ ਹੈ, ਠੀਕ ਹੈ, ਸਾਡੇ ਕੋਲ ਆਈ ਹੈ ਤਾਂ ਅਸੀਂ ਇਹ ਚੀਜ਼ ਤੋਂ ਮਤਲਬ ਆਪਣੇ ਏਰੀਏ ਦੇ ਵਿੱਚ ਇਹੋ ਜਿਹਾ ਕੁਛ ਗਲਤ ਕੋਈ ਕੰਮ ਨਾ ਹੋਣ ਦੇਵਾਂਗੇ, ਇਸ ਕਰਕੇ ਅਸੀਂ ਇਹਨਾਂ ਨੂੰ ਨਾਲ ਦੀ ਨਾਲ ਫੜਿਆ। ਸਾਡੀ ਮੁੱਖ ਵਰਤ ਨੇ ਜਦੋਂ ਇਤਲਾਹ ਦਿੱਤੀ ਹੈ ਆਪਣੇ ਵੱਲੋਂ ਡੰਮੀ ਜਿਹੜਾ ਵੀ ਗ੍ਰਾਹਕ ਤਿਆਰ ਕਰਕੇ। ਸਰ ਕਿੰਨੇ ਪੈਸੇ ਦੇ ਕੇ ਗ੍ਰਾਹਕ ਨੂੰ ਭੇਜਿਆ ਦਾ ਜੀ? ਲਾਟਰੀ ਦਾ ਸਹੀ ਨੰਬਰ ਕੀ? ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ ਵਿੱਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ, ਘਰ ਬੈਠੇ ਬਿਠਾ ਹੀ ਕੀਤਾ ਜਾਵੇਗਾ ਤੁਹਾਡੀਆਂ ਸਮੱਸਿਆਵਾਂ ਦਾ ਸਮਾਧਾਨ। ਫੇਸ ਕੰਮ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ। 7082960090